ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜਿਹੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਹੁੰਦੀਆਂ ਨੇ ਨਾ ਘਰਾਂ ਵਿੱਚ ਵੀ ਲੋਕਾਂ ਦੇ ਝਗੜੇ ਝੂੜੇ ਚੱਲਦੇ ਹੀ ਰਹਿੰਦੇ ਨੇ ਜਿਹੜੀਆਂ ਵੱਡੀਆਂ-ਵੱਡੀਆਂ ਸੰਸਥਾਵਾਂ ਹੁੰਦੀਆਂ ਨੇ ਉੱਥੇ ਪਤਾ ਕਿਹੜੀਆਂ ਗੱਲਾਂ ਤੇ ਝਗੜੇ ਹੋ ਜਾਂਦੇ ਨੇ ਸੁਣੋ ਧਿਆਨ ਨਾਲ ਜਿਹੜੇ ਉਹ ਮੰਨ ਲਓ ਕਿ ਉੱਥੇ ਲੰਗਰ ਆ। ਲੰਗਰ ਵਾਲੇ ਨੇ ਜਿਹੜੇ ਉਹ ਜਿਹੜੇ ਦਰਬਾਰ ਸਾਹਿਬ 'ਚ ਸੇਵਾਵਾਂ ਕਰਦੇ ਨੇ। ਉਹ ਉਹਨਾਂ ਨਾਲ ਲੜ ਪੈਂਦੇ। ਪਤਾ ਕਿਉਂ? ਉਹ ਕਹਿੰਦੇ ਨੇ ਵੀ ਲੈ। ਭਲਾਣਾ ਤਾਂ ਚਿੱਟੇ ਕੱਪੜੇ ਪਾ ਕੇ ਚੁੱਟਾ ਪਰਣਾ ਪਾ ਕੇ ਐਨੇ ਸਾਫ ਸੁਥਰਾ ਬਣ ਕੇ ਸੈਂਟ ਸੁੰਟ ਲਾ ਕੇ ਫਿਰ ਦਰਬਾਰ ਸਾਹਿਬ ਚ ਜਾਂਦਾ ਉੱਥੇ ਵਿਹਲਾ ਹੀ ਰਹਿੰਦਾ ਇਹ ਵਿਹਲੇ ਨੇ ਇਹਨਾਂ ਦੇ ਸਬਜ਼ੀ ਕਿਉਂ ਨਹੀਂ ਲੱਗੀ ਕੱਪੜਿਆਂ ਤੇ ਐਵੇਂ ਮਤਲਬ ਛੋਟੀਆਂ ਛੋਟੀਆਂ ਗੱਲਾਂ ਵਿੱਚ ਤੇ ਮਤਲਬ ਇਹ ਲੰਗਰਾਂ ਚ ਨਹੀਂ ਵਰਤਉਂਦੇ ਇਹ ਗੱਲਾਂ ਪਿੱਛੇ ਲੜਾਈ ਹੁੰਦੀ ਕਿਉਂਕਿ ਆਪਾਂ ਸੁਣੀਆਂ ਨੇ ਜਾਂ ਵੇਖੀਆਂ ਨੇ ਗੱਲਾਂ ਹੁਣ ਦੇਖੋ ਧਿਆਨ ਨਾਲ ਜਿਹੜਾ ਗੁਰੂ ਪਾਤਸ਼ਾਹ ਦੇ ਲਾਗੇ ਦਰਬਾਰ ਸਰ ਸੇਵਾ ਕਰ ਕਰ ਰਿਹਾ ਹੈ ਜਾਂ ਮੰਨ ਲਓ ਪਾਠੀ ਆ ਕੋਈ ਪਾਠ ਕਰ ਰਿਹਾ ਤੇ ਜਾਂ ਉਹਦੀ ਕੀਰਤਨ ਦੀ ਡਿਊਟੀ ਹੈ ਜਾਂ ਕਥਾ ਦੀ ਡਿਊਟੀ ਹੈ ਉਹ ਵਿਚਾਰਾ ਹੁਣ ਸਾਫ ਸੁਥਰੇ ਬਣ ਕੇ ਜਾਊਗਾ ਬਸਤਰ ਸਾਫ ਸੁਥਰੇ ਪਾਊਗਾ ਜੇ ਮਨ ਨੂੰ ਗੰਦਾ ਬਣ ਕੇ ਜਾਵੇ ਬਸਤਰ ਵੀ ਗੰਦੇ ਹੋਣ ਨਾਤਾ ਨਾ ਹੋਵੇ ਫਿਰ ਤੁਸੀਂ ਕਹਿਣਾ ਮर्यादा ਨਹੀਂ ਮੰਨਦਾ ਐਂ ਕਹਿੰਦੇ ਆ ਨਾ ਲੋਕ ਮਤਲਬ ਕਿ ਤੇ ਫਿਰ ਗੱਲ ਸੁਣੋ ਇੱਕ ਹੋਰ ਜਿਹੜਾ ਹੁਣ ਲੰਗਰੀ ਐ ਵਰਤਾਰ ਐ ਉਹਦੇ ਕੱਪੜਿਆਂ ਨੂੰ ਲੱਗੀ ਜਾਂਦੀ ਐ ਵਰਤੌਂਦਿਆਂ ਕਈ ਵਾਰੀ ਸੇਵਾ ਕਰਦੇ ਆ ਸਬਜੀ ਸੂਜੀ ਤੇ ਹੁਣ ਜਿਹੜਾ ਪਸ਼ੂਆ ਵਾਲਾ ਬੰਦਾ ਕੋਈ ਉਧਰ ਸੀਰੀ ਕੰਮ ਕਰਦਾ ਉਹਨੇ ਕਹਿੰਦਾ ਤੂੰ ਤਾਂ ਮੇਰੇ ਤੋਂ ਘੱਟ ਸੇਵਾ ਕਰਦਾ ਤੇਰੇ ਸਬਜੀ ਲੱਗਦੀ ਮੇਰੇ ਤਾਂ ਗੋਖਾ ਲੱਗਿਆ ਹੁੰਦਾ ਮਤਲਬ ਮੈਂ ਤੁਹਾਨੂੰ ਇਹ ਸਮਝਾਉਣਾ ਚਾਹੁੰਦਾ ਕਿ ਇੱਥੇ ਕਿਸੇ ਵੀ ਕੰਮ ਦੀ ਨਿੰਦਾ ਨਾ ਕਰਿਆ ਕੋਈ ਕੰਮ ਕੋਈ ਛੋਟਾ ਹੈ ਵੱਡਾ ਸਭ ਤੋਂ ਮੇਨ ਚੀਜ਼ ਇਹ ਵੇਖੀਦਾ ਵੀ ਅਗਲੇ ਦੀ ਡਿਊਟੀ ਕਿੱਥੇ ਲੱਗੀ ਮਨ ਲੋਪੀ ਜਿਹੜੇ ਦਰਬਾਰ ਸਾਹਿਬ ਵਾਲੇ ਨੇ ਉਹ ਹੁਣ ਸਾਰੀ ਲੰਗਰ ਜੀ ਆ ਜਾਣ। ਫਿਰ ਉੱਥੋਂ ਦਾ ਕੰਮ ਰੁਕ ਗਿਆ। ਫਿਰ ਵੀ ਤੁਸੀਂ ਕਹਿਣਾ ਕਿ ਉੱਥੇ ਕੋਈ ਪਾਠ ਨਹੀਂ ਕਰਦਾ, ਉੱਥੇ ਕੋਈ ਕਥਾ ਨਹੀਂ ਕਰਦਾ, ਕੋਈ ਕੀਰਤਨ ਨਹੀਂ ਕਰਦਾ। ਕਿਉਂਕਿ ਇਹ ਮੈਂ ਆਪਣੀ ਜ਼ਿੰਦਗੀ 'ਚ ਵੇਖੀਆਂ ਨੇ ਗੱਲਾਂ। ਤੁਸੀਂ ਵੀ ਵੇਖੀਆਂ ਹੋਣਗੀਆਂ। ਇਹ ਮੈਂ ਤਾਂ ਬੋਲ ਰਿਹਾ ਵੀ ਭਾਈ ਕਿਸੇ ਵੀ ਕੰਮ ਦੀ ਨਾ ਸੰਸਾਰ ਵਿੱਚ ਨਿੰਦਾ ਨਹੀਂ। ਭਾਵੇਂ ਕਿ ਸਾਡੇ ਜਿਹੜੇ ਭਾਰਤ ਦੇ ਲੋਕ ਨੇ ਜ਼ਿਆਦਾਤਰ ਇਹੀ ਕਰਦੇ ਨੇ। ਹੋਰ ਤੁਸੀਂ ਬਾਹਰ ਦੀਆਂ ਕੰਟਰੀਆਂ 'ਚ ਇਹ ਕੰਪਨੀ ਵੇਖੋਗੇ। ਕੋਈ ਕੰਪਿਊਟਰ 'ਤੇ ਕੰਮ ਕਰ ਰਿਹਾ। ਉਹਦੀ ਵੀ ਕਦਰ ਆ ਉੱਥੇ। ਕੋਈ ਹਾਰਡਵਰਕ ਕਰ ਰਿਹਾ ਉਹਦੀ ਵੀ ਕਦਰ ਹੈ। ਇੱਥੇ ਕਿਸੇ ਕੰਮ ਦੀ ਨਿੰਦਾ ਨਹੀਂ। ਬਸ ਮੇਨ ਚੀਜ਼ ਇਹ ਹੈ ਕਿ ਅਗਲੀ ਦੀ ਡਿਊਟੀ ਕਿੱਥੇ ਆ। ਵੀ ਅਗਨੇ ਅਗਲਾ ਕਿੱਥੇ ਕੰਮ ਕਰਨਾ ਚਾਹੁੰਦਾ ਹੈ। ਜਾਫਰ ਮਤਲਬ ਅਗਲੇ ਦਾ ਕੀ ਫਰਜ ਹੈ ਕੀ ਡਿਊਟੀ ਹੈ ਹਨਾ ਇਹ ਹੀ ਮੇਨ ਚੀਜ਼ ਹੁੰਦੀ ਹੈ ਹੁਣ ਜੇ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਜੇ ਵਰਤੋਂ ਵਾਲੇ ਦੇ ਜਾਂ ਰੋਟੀ ਬਣਾਉਣ ਵਾਲੇ ਦੇ ਗੋਹਾ ਲੱਗਿਆ ਹੋਵੇ ਕੀ ਆਪਾਂ ਖਾਵਾਂਗੇ ਰੋਟੀ ਨਹੀਂ ਮਨ ਕਰੇਗਾ ਜੇ ਦਰਬਾਰ ਸਾਹਿਬ ਵਾਲੇ ਆ ਜੇ ਆਪਾਂ ਉਥੇ ਗੰਦੇ ਬਸਤਰ ਪਾ ਕੇ ਜਾਵਾਂਗੇ। ਕੁਛ ਲੱਗਿਆ ਹੋਇਆ ਬਸਤਰਾਂ ਤੇ। ਸਾਡੇ ਚ ਪਸੀਨੇ ਦੀ ਗੰਦੀ ਬਦਬੂ ਆ ਰਹੀ ਐ। ਕਹਿ ਲਓ ਸਿੱਧਾ ਹੀ। ਕੀ ਤੁਹਾਨੂੰ ਚੰਗਾ ਲੱਗੇਗਾ? ਨਹੀਂ ਨਾ ਲੱਗੇਗਾ। ਅਗਲੇ ਨੇ ਉਤਰਾਂ ਦੇ ਬਸਤਰ ਪਾਉਣੇ ਨੇ। ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ। ਇੱਕ ਦਿਨ ਮੈਂ ਨਾ ਕਿਤੇ ਬਾਹਰ ਗੁਰਦੁਆਰਾ ਸਾਹਿਬ ਗਿਆ ਹੋਇਆ ਸੀ। ਉਥੇ ਜਾ ਕੇ ਆਪਾਂ ਨਾ ਲੰਗਰ ਛਕਣ ਲੱਗੇ ਸੀ। ਸਾਡੇ ਨਾਲ ਹੀ ਦੋ ਕੋ ਬਜ਼ੁਰਗ ਵੀ ਗਏ ਸੀ ਉਹ ਥੋੜੀ ਦੂਰ ਬੈਠੇ ਸਨ ਤੇ ਇੱਕ ਮਹਾਪੁਰਸ਼ ਨੇ ਉਹ ਸਾਰਾ ਜੀਵਨ ਉਹਨਾਂ ਨੇ ਸਿੰਪਲ ਤਾਈ ਵਿੱਚ ਕੱਢਿਆ ਉਹ ਚਿੱਟੇ ਵਸਤਰ ਪਾਉਂਦੇ ਨੇ ਤੇ ਕੀਰਤਨ ਕਰਦੇ ਨੇ ਬੜੇ ਟਾਈਮ ਤੋਂ ਕੀਰਤਨ ਕਰ ਰਹੇ ਨੇ ਹੁਣ ਉਸ ਸੰਸਥਾ ਦੇ ਮੁਖੀ ਨੇ ਬੜੇ ਪੜੇ ਲਿਖੇ ਵੀ ਨੇ ਬਹੁਤ ਸੂਝਵਾਨ ਨੇ ਤੇ ਭਗਤੀ ਵਾਲੇ ਨੇ ਇਸ ਵਕਤ ਦੇਸ਼ਾਂ ਵਿਦੇਸ਼ਾਂ 'ਚ ਪ੍ਰਚਾਰ ਵੀ ਕਰ ਰਹੇ ਨੇ ਤੇ ਉਹ ਜਿਹੜੇ ਲਾਗੇ ਬੈਠੇ ਸਨ ਉਹ ਪੁਰਾਣੇ ਬੁੱਢੇ ਸਨ ਜਿਨ੍ਹਾਂ ਨੇ ਉਸ ਸੰਸਥਾ ਦੇ ਪ੍ਰਾਣੇ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੋਈ ਸੀ ਤੇ ਉਹ ਜਿਹੜੇ ਮਹਾਪੁਰਸ਼ ਹਨ ਮੌਜੂਦਾ ਉਹਨਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਉਹ ਤਾਂ ਚਿੱਟੇ ਬਸਤਰ ਪਾਏ ਹੁੰਦੇ ਨੇ ਉਹਨੇ ਕਦੀ ਉਹਨੇ ਲੰਗਰਾਂ ਚ ਸੇਵਾ ਨਹੀਂ ਕੀਤੀ ਕਦੀ ਐ ਨਹੀਂ ਕੀਤਾ ਬਾਹਰ ਚਲਿਆ ਜਾਂਦਾ ਐਹੋ ਜੀਆਂ ਗੱਲਾਂ ਮਤਲਬ ਮੈਂ ਸੁਣ ਰਿਹਾ ਸੀ ਉੱਥੇ ਬੈਠਾ ਬਾਕੀ ਮੇਰੇ ਨਾਲ ਵੀ ਬੈਠੇ ਸਾਂ ਤੇ ਜਦੋਂ ਆਪਾਂ ਬਾਹਰ ਗਏ ਤਾਂ ਮੈਂ ਕਿਹਾ ਬਾਬਾ ਜੀ ਗੱਲ ਸੁਣੋ ਮੈਂ ਉਹ ਗੱਲ ਰਿਪੀਟ ਕੀਤੀ ਵੀ ਤੁਸੀਂ ਐਵੇਂ ਕਹਿ ਰਹੇ ਸੀ ਉਹਨਾਂ ਬਾਰੇ ਵੀ ਤੁਸੀਂ ਦੱਸੋ ਪੀ ਪਗ ਟਠੀ ਹੋਵੇ ਮੂੰਹ ਲਿਬੜਿਆ ਹੋਵੇ ਤੇ ਪਾਟੇ ਪੁਰਾਣੇ ਕੱਪੜੇ ਪਾਏ ਹੋਣ ਗੰਦੇ ਹੋਣ ਪਸੀਨੇ ਦੀ ਬਦਬੂ ਆਉਂਦੀ ਹੋਵੇ ਤੇ ਜਿਨ੍ਹਾਂ ਦਾ ਤੁਸੀਂ ਦੀਵਾਨ ਸੁਣ ਕੇ ਆਇਓ ਤੁਸੀਂ ਉਹਨਾਂ ਦੇ ਅੱਗੇ ਬੈਠੇ ਹੋ ਤੇ ਤੁਹਾਨੂੰ ਚੰਗਾ ਲੱਗੇਗਾ ਕਹਿੰਦਾ ਨਹੀਂ ਇਹ ਤਾਂ ਸਾਡੀ ਮਰਿਆਦਾ ਬਣੀ ਆ ਆਪਾਂ ਦਰਬਾਰ ਸੱਚ ਸੁੱਚੇ ਬਣ ਕੇ ਜਾਵਾਂਗੇ ਇੱਥੇ ਵਸਤਰ ਪਾ ਕੇ ਜਾਵਾਂਗੇ। ਮੈਂ ਕਿਹਾ ਉੱਥੇ ਤੁਸੀਂ ਫਿਰ ਉਹਨਾਂ ਦੀ ਨਿੰਦਿਆ ਕਰ ਰਹੇ ਸੀ। ਫਿਰ ਚੁੱਪ। ਮਤਲਬ ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਨੇ। ਕਿਸੇ ਭਾਵੇਂ ਕੰਮ ਛੋਟਾ ਤੇ ਭਾਵੇਂ ਵੱਡਾ ਭਾਈ। ਇੱਥੇ ਹਰੇਕ ਕੰਮ ਦੀ ਕਦਰ ਹੈ। ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਆਪਣੇ ਦੀਵਾਨ 'ਚ ਕਹਿੰਦੇ ਨੇ ਮਹਾਪੁਰਸ਼। ਮਹਾਰਾਜ ਜੀ ਕਹਿੰਦੇ ਇਹ ਕੋਣ ਹੈ ਬੰਦੇ? ਜਿਹੜੇ ਸਾਰਾ ਦਿਨ ਮਿਹਨਤ ਕਰਦੇ ਨੇ ਤੇ ਥੋੜੀ ਜੀ ਮਜ਼ਦੂਰੀ ਮਿਲਦੀ ਹੈ ਇੱਕ ਸੁਨਿਆਰਾ ਹੈ ਜਿਹਦੇ ਕੋਲ ਗਾਹਕ ਹਫ਼ਤੇ ਚ ਇੱਕ ਵਾਰੀ ਆ ਗਿਆ ਮਹੀਨੇ ਚ ਇੱਕ ਵਾਰੀ ਆ ਗਿਆ ਦੋ ਮਹੀਨਿਆਂ ਬਾਅਦ ਆ ਗਿਆ ਪਰ ਉਹਨੂੰ ਪ੍ਰਾਫਿਟ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਉਹਦਾ ਕੰਮ ਮਹਿੰਗਾ ਥੋੜਾ ਜਿਹਾ ਉੱਥੇ ਜਿਹੜਾ ਦੁਕਾਨ ਤੇ ਪਿਆ ਉਹ ਸਮਾਨ ਮਹਿੰਗਾ ਸੋਨਾ ਮਹਿੰਗਾ ਹੀ ਆ ਮਹਾਰਾਜ ਜੀ ਪ੍ਰਮਾਣ ਦਿੰਦੇ ਹੁੰਦੇ ਨੇ ਭਾਵੇਂ ਕਿ ਕਿਸੇ ਵੀ ਕੰਮ ਦੀ ਇੱਥੇ ਨਿੰਦਾ ਨਹੀਂ ਬਸ ਗੱਲ ਇਹ ਆ ਵੀ ਇੱਕ ਨੂੰ ਆਪਾਂ ਹਾਰਡ ਵਰਕ ਕਹਿੰਦੇ ਆ ਤੇ ਇੱਕ ਆ ਸਿੰਪਲ ਵਰਕ ਉਹ ਕਈ ਵਾਰੀ ਜਿਹੜੇ ਸਿੰਪਲ ਲੱਗਦੇ ਹੁੰਦੇ ਆ ਨਾ ਵਰਕ ਉਹ ਹੁੰਦੇ ਨੇ ਦਿਮਾਗੀ ਵਰਕ ਤੇ ਜਿਸ ਚੀਜ਼ ਚ ਦਿਮਾਗ ਜ਼ਿਆਦਾ ਲੱਗਦਾ ਨਾ ਜਿਸ ਕੰਮ ਵਿੱਚ ਅੱਜ ਦੇ ਸਮੇਂ ਚ ਉਹ ਕੰਮ ਦੀ ਕਦਰ ਹੈ ਉਹਨੂੰ ਤੁਸੀਂ ਦੇਖਦੇ ਨਹੀਂ ਵੱਡੇ ਵੱਡੇ ਆਫਿਸਾਂ ਵਿੱਚ ਕੰਪਿਊਟਰ ਤੇ ਕੰਮ ਕਰਦੇ ਨੇ ਕੁੜੀਆਂ ਮੁੰਡੇ ਲੱਗੇ ਹੁੰਦੇ ਆ ਜਿਹੜੇ ਉੱਥੋਂ ਦੇ ਵਰਕਰ ਨੇ ਜਿਹੜੇ ਉੱਥੇ ਜ਼ਾਬਾਂ ਕਰਦੇ ਨੇ ਬੜਾ ਦਿਮਾਗੀ ਕੰਮ ਹੁੰਦਾ ਉਹਨਾਂ ਦਾ ਕਿੰਨਾ ਕੁਸ਼ ਕਰਦੇ ਨੇ ਕੋਈ ਟਾਈਪਿੰਗ ਕਰ ਰਿਹਾ ਹੈ ਕੋਈ ਕੁਛ ਕਰ ਰਿਹਾ ਹੈ ਕੋਈ ਡਾਟਾ ਇਕੱਠਾ ਕਰ ਰਿਹਾ ਹੈ ਕਿੰਨਾ ਕੁਛ ਹੁੰਦਾ ਨਾ ਇਸ ਲਈ ਇਹ ਸੰਸਾਰ ਵਿੱਚ ਕਿਸੇ ਕੰਮ ਦੀ ਨਿੰਦਾ ਨਹੀਂ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਇੱਕ ਮਹਾਤਮਾ ਨੇ ਦੱਸੀ ਸੀ ਮੈਨੂੰ ਉਹ ਕਹਿਣ ਲੱਗੇ ਕਈ ਵਾਰੀ ਜਿਹੜੇ ਸਾਰਾ ਸਾਰਾ ਦਿਨ ਸੇਵਾਵਾਂ ਕਰਦੇ ਨੇ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ ਕਿਉਂ ਕਿ ਉਹਨਾਂ ਨੇ ਉਹ ਚੀਜ਼ ਤਾਂ ਤਿਆਗੀ ਨਹੀਂ ਹੁੰਦੀ ਜਿਹੜੀ ਚੀਜ਼ ਉਹਨਾਂ ਦਾ ਗੁਰੂ ਕਹਿ ਰਿਹਾ ਤੇ ਕਈ ਵਾਰੀ ਜਿਹੜੇ ਆਪਾਂ ਨੂੰ ਵਿਲੇਜ ਦੇ ਦਿਸਦੇ ਹੁੰਦੇ ਆ ਉਹਨਾਂ ਨੂੰ ਕਾਲ ਨਾ ਮਿਲਿਓ ਸੇਵਣਾ ਨਾ ਮਿਲਿਓ ਮਿਲਿਓ ਆ ਜਾਂ ਚਿੰਤਾ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਇਹ ਮਾਤਮਣੇ ਮੈਨੂੰ ਗੱਲ ਦੱਸੀ ਸੀ ਮੈਂ ਇਸ ਦਾ ਮਤਲਬ ਇਹ ਨਹੀਂ ਕਰ ਰਿਹਾ ਕਿ ਸੇਵਾ ਨੀ ਕਰਨੀ। ਵੇਲੇ ਸੌਜੋ ਚੁੱਪ ਕਰਕੇ ਰੋਟੀਆਂ ਖਾ ਕੇ। ਇਸ ਦਾ ਮਤਲਬ ਇਹ ਆ ਵੀ ਭਾਈ ਕਿਸੇ ਵੀ ਕੰਮ ਦੀ ਇੱਥੇ ਨਿੰਦਾ ਨਹੀਂ। ਕੋਈ ਹਾਰਡ ਵਰਕ ਹੈ। ਕੋਈ ਦਿਸਦੇ ਸੌਖੇ ਨਹੀਂ ਹੁੰਦੇ ਦਿਮਾਗੀ ਨੇ। ਨਾਲੇ ਅੱਜ ਦਾ ਸਮਾਂ ਤਾਂ ਤੁਹਾਨੂੰ ਪਤਾ ਹੀ ਹੈ। ਜਿੰਨੇ ਵੀ ਕੰਮ ਨੇ ਸਾਰੇ ਦਿਮਾਗ ਨਾਲ ਹੋ ਰਹੇ ਨੇ। ਪਹਿਲੇ ਸਮਿਆਂ 'ਚ ਇਹ ਹੀ ਕਿਸੇ ਨੇ ਲੱਕੜਾ ਵੱਟਤੀਆਂ, ਕਿਸੇ ਨੇ ਕੁਛ ਕਰਤਾ, ਕਿਸੇ ਨੇ ਕੁਛ। ਇਹੋ ਜਿਹੇ ਕੰਮ ਚੱਲਦੇ ਸਨ ਕੋਈ ਜੰਗਲਵਾਲਾ ਜਾ ਆ ਲੱਕੜਾ ਕੱਟਣ ਇਹੋ ਜਿਹੀਆਂ ਕਹਾਣੀਆਂ ਕੂੜੀਆਂ ਜੀਆਂ ਪੜਦੇ ਆਪਾਂ ਸਾਖੀਆਂ 'ਚ ਵੀ ਲਿਖਿਆ ਹੋਇਆ ਕੋਈ ਖੂਹਾਂ 'ਚੋਂ ਪਾਣੀ ਕੱਢ ਲਿਆ ਆ ਵਗੈਰਾ ਵਗੈਰਾ ਹੁਣ ਇਹੋ ਜੇ ਕੰਮ ਰਹੇ ਨਹੀਂ ਤੇ ਲੰਕਰ ਸ਼ਕਨ ਵਾਲੇ 5-6 ਜਾਣੇ ਹੁੰਦੇ ਆ ਤੇ ਵਰਤਾਵੇ ਜੇ ਉੱਥੇ 7-8 ਜਲ ਜਾਣ ਔਖਾ ਨਹੀਂ ਹੋਊਗਾ ਇਸ ਲਈ ਕਿਸੇ ਕੰਮ ਦੀ ਨਿੰਦ ਨਹੀਂ ਸਭ ਕੰਮ ਚੰਗੇ ਨੇ ਜਿੱਥੇ ਕਿਸੇ ਦੀ ਡਿਊਟੀ ਲੱਗੀ ਜਿੱਥੇ ਕੋਈ ਆਪਣਾ ਫਰਜ਼ ਨਿਭਾ ਰਿਹਾ ਠੀਕ ਹੁਣ ਮੈਂ ਆਪਣੀ ਗੱਲ ਕਰਦਾ ਮੈਂ ਇੱਕ ਸਥਾਨ ਤੇ ਰਹਿੰਦਾ ਸੀ ਉੱਥੇ ਪਹਿਲੇ ਮੈਂ ਸੇਵਾ ਹੀ ਕਰਦਾ ਹੁੰਦਾ ਸੀ ਉਹ ਸਮਾਂ ਲੰਘਦਾ 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 ਗਿਆ ਮੇਰੀ ਮਾਤਾ ਨੂੰ ਤੇ ਮੈਨੂੰ ਇੱਕ ਦਿਨ ਪੈਸਿਆਂ ਦੀ ਲੋੜ ਪੈ ਗਈ ਬਹੁਤ ਜ਼ਰੂਰਤ ਹੁਣ ਬੰਦਾ ਮੌਕੇ ਤੇ ਕਈ ਵਾਰੀ ਕਿਸੇ ਕੋਲ ਮੰਗ ਨਹੀਂ ਸਕਦਾ ਮੌਕੇ ਤੇ ਰਿਸ਼ਤੇਦਾਰਾਂ ਕੋਲ ਵੀ ਮੰਗ ਸਕਦਾ ਦੋਸਤਾਂ ਮਿੱਤਰਾਂ ਕੋਲ ਵੀ ਮੰਗ ਸਕਦਾ ਨਹੀਂ ਮੰਗਣ ਦੀ ਬਿਰਤੀ ਹੁੰਦੀ ਕਈਆਂ ਦੀ ਤੇ ਫਿਰ ਆਪਾਂ ਉਦੋਂ ਸਲਾਹ ਕੀਤੀ ਮੇਰੇ ਮਾਤਾ ਕਹਿਣ ਲੱਗੇ ਕਿ ਤੂੰ ਡਿਊਟੀ ਲਾ ਲੈ ਰੋਲ ਅਖੰਡ ਪਾਠ ਦੀ ਤਾਂ ਕਰਕੇ ਮੈਨੂੰ ਅਖੰਡ ਪਾਠ ਦੀ ਰੋਲ ਲਾਉਣੀ ਪਈ ਹੋਰ ਕੋਈ ਰੀਜ਼ਨ ਨਹੀਂ ਸੀ ਕਿਉਂਕਿ ਅੱਜ ਕੱਲ ਮਹਿੰਗਾਈ ਵੀ ਬਹੁਤ ਹੈ ਹਨਾ ਜੇ ਤੁਸੀਂ ਕਹੋਗੇ ਅਗਲੇ ਨੂੰ ਵੀ ਅਗਲਾ ਨਿਸ਼ਕਾਮੀ ਬਣ ਜਾਵੇ ਵਗੈਰਾ ਬਣ ਜਾਵੇ ਸਕੂਟਰੀ ਚ ਮੋਟਰਸਾਈਕਲ ਚ ਉਹਦੀ ਗੱਡੀ ਚ ਤੇਲ ਤਾਜ ਪੈਣਾ ਉਹ ਵਿਚਾਰਾ ਨਿਸ਼ਕਾਮੀ ਬਣ ਕੇ ਕੀ ਕਰੂ ਮੋਬਾਈਲਾਂ ਦੇ ਖਰਚੇ ਸਿਲੰਡਰ 1100 ਰੁਪਏ ਦਾ ਹੋਇਆ ਪਿਆ ਕਿੰਨਾ ਕੁਛ ਹੈ ਸਾਰੇ ਪਾਸੇ ਇਹੀ ਹਾਲ ਹੈ ਅਗਲਾ ਤੁਹਾਨੂੰ ਸਵਾਲ ਵੀ ਕਰ ਸਕਦਾ ਹੈ ਵੀ ਮੈਂ ਮਨ ਦਾ ਇਸ ਬਾਣੀ ਦੀਆਂ ਪਕਤੀਆਂ ਨੂੰ ਜਾਂ ਤੁਹਾਡੀਆਂ ਗੱਲਾਂ ਨੂੰ ਮੰਨਦਾ ਪਰ ਮੈਂ ਸਵਾਮੀ ਕਰਨਾ ਕੀ ਹੈ ਤੇਲ ਰੂਪੀ ਸਵਾਮੀ ਤਾਂ ਮੈਨੂੰ ਅੱਜ ਚਾਹੀਦਾ ਸਿਲੰਡਰ ਰੂਪੀ ਸਵਾਮੀ ਤਾਂ ਮੈਨੂੰ ਅੱਜ ਚਾਹੀਦਾ ਉਹ ਤਾਂ ਜਦੋਂ ਜਦੋਂ ਮਿਲਣਾ ਮੇਲੀ ਜਾਣ ਇਸ ਲਈ ਇਹ ਗੱਲਾਂ ਹੁੰਦੀਆਂ ਨੇ ਬਸ ਮੇਨ ਚੀਜ਼ ਇਹ ਆ ਵੀ ਜਦੋਂ ਸਮਾਂ ਚੇਂਜ ਹੋ ਗਿਆ ਹੁਣ ਸਾਰੀ ਪ੍ਰਕਿਰਤੀ ਵੀ 25 ਸਾਲਾਂ ਬਾਅਦ ਤਾਂ ਸਮਾਂ ਚੇਂਜ ਹੋ ਜਾਂਦਾ ਹੈ ਆ ਪਿਛਲੇ ਮੇਰੇ 10 ਸਾਲਾਂ ਦੇ ਵਿੱਚ ਵਿੱਚ ਕਈ ਕੁਝ ਹੋ ਗਿਆ ਤੁਸੀਂ ਆਪ ਹੀ ਸੋਚ ਕੇ ਵੇਖੋ ਕਿੰਨਾ ਕੁਝ ਨਵਾਂ ਆ ਗਿਆ ਕਿਹੋ ਜੇ ਲੋਕ ਆ ਗਏ ਆਨੰਦ ਬਣਿਆ ਪਿਆ ਮੇਰੇ ਹਿਸਾਬ ਨਾਲ ਤਾਂ ਵੈਸੇ ਹਨਾ ਸੋਚਣ ਵਾਲੀਆਂ ਗੱਲਾਂ ਨਹੀਂ ਪੁਰਾਣੀ ਸੋਚ ਹੀ ਚੱਲ ਗਈ ਮੈਨੂੰ ਤਾਂ ਵੈਸੇ ਵਧੀਆ ਲੱਗਦਾ ਹੈ ਬਾਕੀ ਕਿਸੇ ਕੰਮ ਦੀ ਇੱਥੇ ਨਿੰਦਣ ਸਾਰੇ ਕੰਮ ਕੁ ਚੰਗੇ ਨੇ ਜਿਵੇਂ ਦਾ ਕੋਈ ਕੰਮ ਕਰ ਰਿਹਾ ਸਾਰੇ ਚੰਗੇ ਨੇ ਆਪਣੇ ਆਪਣੇ ਥਾਂ ਸਾਰੇ ਚੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ